ਹੋਈ ਹੈ ਕਿ 16 ਤੋਂ ਬਾਅਦ ਉਹ ਭਰਤੀ ਤੁਹਾਡੀ ਹੋਰ ਤਰ੍ਹਾਂ ਦੀ ਹੈ। ਇਹ ਤੁਹਾਨੂੰ ਕੈਟਾਗਰੀਆਂ ਦੇ ਵਿੱਚ ਉਸੇ ਤਰ੍ਹਾਂ ਹੀ ਤੁਹਾਨੂੰ ਜ਼ੋਰ ਦ੍ਰਿੜਤਾ ਤੇ ਸੰਕਲਪ ਲੈਣਾ ਪਊਗਾ, ਫਿਰ ਜਾ ਕੇ ਇਹ ਮੰਗਾਂ ਪੂਰੀਆਂ ਹੁੰਦੀਆਂ ਨੇ। ਨਹੀਂ ਤਾਂ ਸਰਕਾਰਾਂ ਦਾ ਪਿਛਲੇ 20-25 ਸਾਲਾਂ ਤੋਂ ਜਦੋਂ ਦਾ WTO ਦੀ ਨੀਤੀਆਂ ਆਈਆਂ ਨੇ ਉਦੋਂ ਤੋਂ ਕੀ ਕਰਦੇ ਆ, ਪਾੜੋ ਤੇ ਰਾਜ ਕਰੋ। ਤੁਹਾਡੀਆਂ ਵੀ ਕੈਟਾਗਰੀਆਂ ਉਦਾਂ ਦੀਆਂ ਵੰਡ ਦਿੱਤੀਆਂ ਗਈਆਂ। ਜਿਹੜੀ ਪੁਰਾਣੀ ਬਿਜਲੀ ਬੋਰਡ ਦੀ ਭਰਤੀ ਉਹ ਵੱਖਰੀ ਹੋਰ ਤਰ੍ਹਾਂ ਦੀ ਹੈ, 2004 ਤੋਂ ਭਰਤੀ ਹੋਰ ਤਰ੍ਹਾਂ ਦੀ ਹੈ। ਹੁਣ ਜਿਹੜੇ ਸਕੇਲ ਨਵੇਂ ਲਾਗੂ ਹੋਈ ਹੈ 1-16 ਤੋਂ ਬਾਅਦ ਉਹ ਭਰਤੀ ਤੁਹਾਡੀ ਹੋਰ ਤਰ੍ਹਾਂ ਦੀ ਹੈ। ਇਹ ਤੁਹਾਨੂੰ ਕੈਟਾਗਰੀਆਂ ਦੇ ਵਿੱਚ ਜੋ ਕਰਨ ਜਾ ਰਹੇ ਹਾਂ ਉਹਦੇ ਵਿੱਚ 40 ਮੰਗਾਂ ਦਾ ਜਿਹੜਾ ਮੰਗ ਪੱਤਰ ਹੈ ਉਹ ਸਰਕਾਰ ਤੱਕ ਭੇਜਿਆ ਗਿਆ, ਜੁਆਇੰਟ ਫੋਰਮ ਅਤੇ ਏਕਤਾ ਮੰਚ ਵੱਲੋਂ ਸਾਂਝੇ ਤੌਰ ਦੇ ਉੱਤੇ ਉਹ ਤੁਹਾਡੇ ਗਰੁੱਪਾਂ ਦੇ ਵਿੱਚ ਪਿਆ। ਸੋ ਉਹਨੂੰ ਬਰੀਕੀ ਦੇ ਨਾਲ ਤੁਸੀਂ ਸਾਰੇ ਪੜ੍ਹ ਕੇ ਸਮਝ ਸਕਦੇ ਹੋ ਵੀ ਸਾਡੀਆਂ ਕੀ ਮੰਗਾਂ ਜਿਹੜੀਆਂ ਤੁਹਾਡੇ ਲੀਡਰ ਇੱਥੋਂ ਇਸ ਪਲੇਟਫਾਰਮ ਤੋਂ ਚੱਕਦੇ ਨੇ ਅਤੇ ਉਤਲੇ ਜਿਹੜੇ ਲੀਡਰ ਜੁਆਇੰਟ ਫੋਰਮ ਦੇ ਵਿੱਚ ਬੈਠੇ ਨੇ ਜਾਂ ਏਕਤਾ ਮੰਚ ਦੇ ਉੱਤੇ ਬੈਠੇ ਨੇ ਉਹ ਉਹਨਾਂ ਮੰਗਾਂ ਨੂੰ ਸਾਰਿਆਂ ਨੂੰ ਘੋਕ ਕੇ ਸਮਝ ਕੇ ਉਹਨਾਂ ਨੇ ਇੱਕ ਜਿਹੜਾ 40 ਮੰਗਾਂ ਦਾ ਉਹ ਮੰਗ ਪੱਤਰ ਤਿਆਰ ਕੀਤਾ, ਜਿਹਦੇ ਉੱਤੇ ਬੇਸ਼ੱਕ 5 ਤਰੀਕ ਨੂੰ ਸਰਕਾਰ ਨੇ ਅਤੇ ਸਾਡੀ ਕਾਰਪੋਰੇਸ਼ਨ ਨੇ ਮੀਟਿੰਗ ਦਿੱਤੀ ਹੈ। ਉਹ ਅਗਲੀ ਮੀਟਿੰਗ ਬਾਰੇ ਉਹ ਕਦੋਂ ਹੁੰਦੀ ਹੈ ਜਾਂ ਕਿਵੇਂ ਹੈ ਉਹ ਸਾਡੇ ਸਰਦਾਰ ਜਗਜੀਤ ਸਿੰਘ ਜੀ ਕੋਟਲੀ ਜਾਂ ਸਾਡੇ ਦੂਜੇ ਬੁਲਾਰੇ ਉਹਦੀ ਜਾਣਕਾਰੀ ਦੇਣਗੇ। ਪਰ ਸਾਨੂੰ ਇਹਨਾਂ ਮੰਗਾਂ ਨੂੰ ਮਨਵਾਉਣ ਦੇ ਲਈ ਜਿਵੇਂ ਆਪਾਂ ਮੈਨੂੰ ਮਹਿਸੂਸ ਹੁੰਦਾ ਵੀ ਆਪਾਂ ਇੱਕ ਫਾਰਮੈਲਿਟੀਆਂ ਹੀ ਜਿਹੜੀਆਂ ਉੱਤੋਂ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸਿਰਫ ਉਹਨਾਂ ਕੀ ਆਪਾਂ ਕਰਦੇ ਹਾਂ ਵੀ ਠੀਕ ਆ ਸਾਡੀ ਹਾਜ਼ਰੀ ਲੱਗ ਜੇ, ਸਾਡੀ ਜਿਹੜੀ ਹੈ ਵੀ ਹਾਜ਼ਰੀ ਲੱਗਣ ਦੇ ਨਾਲ ਹੀ ਸਾਡੀ ਜਿਹੜੀ ਹੈ ਉਤਲੀ ਸਾਡੀ ਜਿਹੜੇ ਆਗੂ ਨੇ ਉਹਨੂੰ ਮੰਨ ਲੈਣ ਦੇ ਸਾਡੀਆਂ ਮੰਗਾਂ ਉਹਨਾਂ ਦੀ ਟੇਬਲ ਦੇ ਉੱਤੇ ਸਰਕਾਰ ਦੇ ਜਾਂ ਪਾਵਰ ਕਾਰਪੋਰੇਸ਼ਨ ਦੇ ਟੇਬਲ ਦੇ ਉੱਤੇ ਰੱਖ ਕੇ ਅਤੇ ਪੂਰੀਆਂ ਕਰਵਾ ਦੇਣ। ਪਰ ਨਹੀਂ ਦੋਸਤੋ, ਭੈਣੋ ਭਰਾਵੋ, ਇਹ ਜਿਹੜੀਆਂ ਮੰਗਾਂ ਪਹਿਲੇ ਜਥੇਬੰਦੀਆਂ ਦੇ ਵਿੱਚ ਜਿਵੇਂ ਅਸੀਂ ਜ਼ੋਰ ਨਾਲ ਕੰਮ ਕਰਦੇ ਰਹੇ ਹਾਂ, ਤੁਸੀਂ ਵੀ ਸਾਰੇ ਕਰਦੇ ਰਹੇ ਹੋ, ਉਸੇ ਤਰ੍ਹਾਂ ਹੀ ਤੁਹਾਨੂੰ ਜ਼ੋਰ ਦ੍ਰਿੜਤਾ ਅਤੇ ਸੰਕਲਪ ਲੈਣਾ ਪਊਗਾ, ਫਿਰ ਜਾ ਕੇ ਇਹ ਮੰਗਾਂ ਪੂਰੀਆਂ ਹੁੰਦੀਆਂ ਨੇ। ਨਹੀਂ ਤਾਂ ਸਰਕਾਰਾਂ ਦਾ ਪਿਛਲੇ 20-25 ਸਾਲਾਂ ਤੋਂ ਜਦੋਂ ਦਾ WTO ਦੀ ਨੀਤੀਆਂ ਆਈਆਂ ਨੇ ਉਦੋਂ ਤੋਂ ਕੀ ਕਰਦੇ ਆ, ਪਾੜੋ ਅਤੇ ਰਾਜ ਕਰੋ। ਤੁਹਾਡੀਆਂ ਵੀ ਕੈਟਾਗਰੀਆਂ ਉਦਾਂ ਦੀਆਂ ਵੰਡ ਦਿੱਤੀਆਂ ਗਈਆਂ। ਜਿਹੜੀ ਪੁਰਾਣੀ ਬਿਜਲੀ ਬੋਰਡ ਦੀ ਭਰਤੀ ਉਹ ਵੱਖਰੀ ਹੋਰ ਤਰ੍ਹਾਂ ਦੀ ਹੈ, 2004 ਤੋਂ ਭਰਤੀ ਹੋਰ ਤਰ੍ਹਾਂ ਦੀ ਹੈ। ਹੁਣ ਜਿਹੜੇ ਸਕੇਲ ਨਵੇਂ ਲਾਗੂ ਹੋਈ ਹੈ 1-16 ਤੋਂ ਬਾਅਦ ਉਹ ਭਰਤੀ ਤੁਹਾਡੀ ਹੋਰ ਤਰ੍ਹਾਂ ਦੀ ਹੈ। ਇਹ ਤੁਹਾਨੂੰ ਕੈਟਾਗਰੀਆਂ ਦੇ ਵਿੱਚ ਧੰਨਵਾਦ ਤੁਹਾਡਾ ਬਹੁਤ ਬਹੁਤ। ਹਾਂਜੀ ਦੋਸਤੋ, ਇਹ ਸੀ ਅੱਜ ਦੀ ਵੱਡੀ ਅਪਡੇਟ। ਅਪਡੇਟ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਲੈਣਾ, ਸ਼ੇਅਰ ਕਰ ਲੈਣਾ। ਸਾਡੇ ਚੈਨਲ 'ਤੇ ਆ ਰਹੀ ਵੀਡੀਓ ਵਧੀਆ ਲੱਗ ਰਹੀ ਹੈ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਸਾਡੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ। ਧੰਨਵਾਦ ਜੀ।